ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਅੱਜ ਪੰਜਾਬ ਬਚਾਓ ਯਾਤਰਾ ਪਹੁੰਚੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੱਜ ਫਿਰੋਜ਼ਪੁਰ ਦਿਹਾਤੀ ਹਲਕੇ 'ਚ ਯਾਤਰਾ ਲੈ ਕੇ ਪਹੁੰਚੇ ਹੈਗੇ ਹੈ। ਰੈਲੀ ਕੱਢੀ ਜਾ ਰਹੀ ਹੈਗੀ ਹੈ, ਵੱਡਾ ਇਕੱਠ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ। ਸਾਡੇ ਨਾਲ ਹਰਪ੍ਰੀਤ ਸ਼ੇਰਖਾ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਹਰਪ੍ਰੀਤ ਜੀ, ਕਿੱਡਾ ਕੁ ਵੱਡਾ ਕਾਫਲਾ ਔਰ ਫਿਰੋਜ਼ਪੁਰ ਦਿਹਾਤੀ ਹਲਕੇ 'ਚ ਰੈਲੀ ਪਹੁੰਚੀ? ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਿਹੜੇ ਕਿ ਜਿਨ੍ਹਾਂ ਨੇ ਮੱਝ ਦੀ ਧਰਤੀ ਤੋਂ ਯਾਤਰਾ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਹਾਲਾਤਾਂ ਨੂੰ ਮੱਦੇਨਜ਼ਰ ਸ਼ੁਰੂ ਕੀਤੀ ਸੀ, ਅੱਜ ਮਾਲਵੇ ਧਰਤੀ ਫਿਰੋਜ਼ਪੁਰ ਦਿਹਾਤੀ ਵਿੱਚ ਯਾਤਰਾ ਪਹੁੰਚੀ ਹੈ। ਬੜੀ ਵੱਡੀ ਗਿਣਤੀ ਵਿੱਚ ਲੋਕ ਆਪ ਮੁਹਾਰੇ ਇਸ ਯਾਤਰਾ ਵਿੱਚ ਸ਼ਾਮਲ ਹੋਏ ਨੇ ਔਰ ਅੱਜ ਅਸੀਂ ਲਿਵਿੰਗ ਇੰਡੀਆ ਦੇ ਵਿੱਚ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਯਾਤਰਾ ਨੂੰ ਕਵਰੇਜ ਕਰ ਰਹੇ ਨੇ। ਅੱਜ ਪੰਜਾਬ ਦੇ ਹਾਲਾਤ, ਪੰਜਾਬ ਵਿੱਚ ਗੁੰਡਾਗਾਰਤ, ਕਤਲੋਗਾਰਤ ਜਿਹੜੀ ਕਿ ਲਗਾਤਾਰ ਹੋ ਰਹੀ ਹੈ, ਉਸ ਵਾਸਤੇ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੀ ਬਹੁਤ ਵੱਡੀ ਜ਼ਰੂਰਤ ਹੈ ਔਰ ਪੰਜਾਬ ਦੇ ਮੁੱਦਿਆਂ ਨੂੰ ਸਿਰਫ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਲੈ ਕੇ ਆ ਸਕਦੀ ਹੈ। ਇਸ ਵਾਸਤੇ ਸਾਰੇ ਪੰਜਾਬ ਦੇ ਲੋਕ ਬਰਤ ਹਈਆ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਝੰਡਾ ਬੁਲੰਦ ਕਰਨ ਵਾਸਤੇ ਆਮ ਹਾਰੇ ਲੰਬੀ ਗਿਣਤੀ ਵਿੱਚ, ਵੱਡੀ ਗਿਣਤੀ ਵਿੱਚ ਪਹੁੰਚੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤਾਂ ਵੱਡੀ ਗਿਣਤੀ ਦੇ ਵਿੱਚ ਇੱਕ ਕਾਫਲਾ ਜਿਹੜਾ ਇੱਥੋਂ ਅੱਜ ਰਵਾਨਾ ਹੋ ਰਿਹਾ ਤਾਂ ਇਹ ਰੈਲੀ ਜਿਹੜੀ ਹੈ ਇੱਥੇ ਪਹੁੰਚੀ ਹੈ। ਤਾਂ ਸਾਡੇ ਨਾਲ ਸਰਦਾਰ ਜਗਿੰਦਰ ਸਿੰਘ ਜਿੰਦੂ ਅੱਜ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਐਕਸ ਵਿਧਾਇਕ ਹੈਗੇ ਨੇ ਜੀ। ਅੱਜ ਵੱਡਾ ਕਾਫਲਾ ਦਿਹਾਤੀ ਹਲਕੇ 'ਚੋਂ ਰਵਾਨਾ ਹੋ ਰਿਹਾ, ਰੈਲੀ ਕੱਢੀ ਜਾ ਰਹੀ ਹੈ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਫਿਰੋਜ਼ਪੁਰ ਦਿਹਾਤੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ, ਵਰਕਰਾਂ ਦਾ ਔਰ ਸੰਗਤ ਦਾ ਕਿ ਜਿਨ੍ਹਾਂ ਨੇ ਛੋਟੇ ਜਿਹੇ ਸੁਨੇਹਾ 'ਤੇ ਵੱਡੀ ਗਿਣਤੀ ਦੇ ਵਿੱਚ ਆਪਦੇ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੀ ਆਇਆ ਕਹਿਣ ਲਈ ਅਤੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਸਾਥ ਦੇਣ ਲਈ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੈ, ਮੈਂ ਇਹਨਾਂ ਦਾ ਬਹੁਤ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ। ਇਹ ਰੂਟ ਕਿੱਥੋਂ ਕਿੱਥੋਂ ਜਾਏਗਾ ਜੀ? ਇਹ ਰੂਟ ਫਿਰੋਜ਼ ਸ਼ਾਹ ਤੋਂ ਆਪਾਂ ਖੜ੍ਹੇ ਹਾਂ, ਫਿਰੋਜ਼ ਸ਼ਾਹ ਤੋਂ ਹੋ ਕੇ ਪਿਆਰਿਆਣਾ, ਮੱਲਾਂ ਵਾਲਾ, ਮੱਲਵਾਲ ਅਤੇ ਉਸ ਤੋਂ ਬਾਅਦ ਛੋਣੀ ਤੋਂ ਹੁੰਦੇ 7 ਨੰਬਰ ਚੁੰਗੀ ਤੋਂ ਸਾਈਆਂ ਵਾਲੇ ਤੱਕ ਇਹ ਜਾਣਾ, ਅੱਗੇ ਹਲਕਾ ਜਿਹੜਾ ਫਰੀਦਕੋਟ ਸ਼ੁਰੂ ਹੋਇਆ। ਤਾਂ ਬਿਲਕੁਲ ਅੱਜ ਵੱਡਾ ਕਾਫਲਾ ਜਿਹੜਾ ਇੱਥੋਂ ਰਵਾਨਾ ਹੋ ਰਿਹਾ ਫਿਰੋਜ਼ ਸ਼ਾਹ ਤੋਂ, ਤਾਂ ਸਾਡੇ ਨਾਲ ਹੋਰ ਵੀ ਅਕਾਲੀ ਦਲ ਦੇ ਵਰਕਰ ਮੌਜੂਦ ਹੈਗੇ ਨੇ। ਦਿਲਬਾਗ ਜੀ, ਕਿੰਨਾ ਕੁ ਵੱਡਾ ਹੁੰਗਾਰਾ ਮਿਲ ਰਿਹਾ? ਬਹੁਤ ਵੱਡਾ ਹੁੰਗਾਰਾ ਜੀ। ਮੈਂ ਤਾਂ ਅੱਗੇ ਗੱਲ ਕਰ ਰਿਹਾ ਸਾਂ ਕਿ ਜਿਵੇਂ ਪਿੱਛੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਨੇ ਇੱਕ ਹਲਕੇ ਵਿੱਚ ਕਿਹਾ ਸੀ ਵੀ ਆਹ ਹਲਕਾ ਜਿਹੜਾ ਹੈ ਇਹ ਰਿਕਾਰਡ ਤੋੜ ਗਿਆ ਇਕੱਠ ਦੇ, ਪਰ ਮੈਂ ਨਾ ਵੀ ਅੱਜ ਸਾਰੇ ਰਿਕਾਰਡ ਹੀ ਟੁੱਟ ਗਏ ਆ। 2 ਫਰਵਰੀ ਤੋਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਈ ਸੀ, ਇਕੱਠ ਦੇ ਮੁਤਾਬਕ, ਸੰਗਤਾਂ ਦੇ ਉਤਸ਼ਾਹ ਦੇ ਮੁਤਾਬਕ, ਨੌਜਵਾਨ ਪੀੜ੍ਹੀ 'ਚ ਜਿਹੜਾ ਉਤਸ਼ਾਹ ਆਇਆ ਨਵਾਂ, ਉਹ ਉਤਸ਼ਾਹ ਨੂੰ ਵੇਖਦੇ ਅੱਜ ਲੱਗਦਾ ਵੀ ਉਹ ਸਾਰੇ ਦੇ ਸਾਰੇ ਰਿਕਾਰਡ ਟੁੱਟ ਗਏ ਆ। ਔਰ ਜਿਹੜਾ 2022 'ਚ ਬਦਲਾਅ ਆਇਆ ਸੀ ਉਸ ਬਦਲਾਅ ਨੂੰ ਬਦਲਣ ਵਾਸਤੇ ਅੱਜ ਨਵੇਂ ਬਦਲਾਅ ਦੀ ਇੱਕ ਨੀਂਹ ਰੱਖੀ ਜਾ ਰਹੀ ਹੈ, ਜਿਹੜੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਪੰਜਾਬ ਬਚਾਓ ਯਾਤਰਾ ਲੋਕਾਂ ਨੂੰ ਜਾਗਰ ਕਰਨ ਵਾਸਤੇ ਕੱਢ ਰਹੇ ਆ। ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ। ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ, ਫਿਰੋਜ਼ਪੁਰ ਦੀਆਂ ਤਸਵੀਰਾਂ ਹੈਗੀਆਂ ਨੇ ਜਿੱਥੇ ਵੱਡਾ ਇਕੱਠ ਨਜ਼ਰ ਆ ਰਿਹਾ ਹੈਗਾ। ਤਾਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਮੌਜੂਦ ਹੈਗੇ ਆ, ਗੱਡੀਆਂ ਮੌਜੂਦ ਹੈਗੀਆਂ, ਉਹ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਜਿਹੜੇ ਨੇ ਉਹ ਲੱਗੇ ਹੋਏ ਆ। ਤਾਂ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਢੀ ਜਾ ਰਹੀ ਹੈ, ਵੱਖ ਵੱਖ ਹਲਕਿਆਂ ਦੇ ਵਿੱਚ ਉਹ ਹੁੰਦੀ ਹੋਈ ਆਈ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿੱਚ ਪਹੁੰਚੀ ਹੈਗੀ ਹੈ। ਤਾਂ ਫਿਰੋਜ਼ ਸ਼ਾਹ ਤੋਂ ਸ਼ੁਰੂ ਹੋ ਕੇ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਦੂਸਰੇ ਹਲਕੇ ਦੇ ਵਿੱਚ ਜਾਵੇਗੀ। ਤਾਂ ਵੱਡਾ ਇਕੱਠ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਪੰਜਾਬ ਬਚਾਓ ਯਾਤਰਾ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਕੱਢੀ ਜਾ ਰਹੀ ਹੈ। ਕੈਮਰਾ ਪਰਸਨ ਰੋਹਿਤ ਨਾਲ ਸਨੀ ਚੋਪੜਾ, ਲਿਵਿੰਗ ਇੰਡੀਆ ਨਿਊਜ਼, ਪੰਜਾਬ, ਫਿਰੋਜ਼ਪੁਰ।